ਪਿਓ ਦੇਖੋ ਮੀਨਾ ਬਾਜ਼ਾਰ ਕਮੇਟੀ ਬਾਗ ਉਹ ਗਿਰਜਾ ਘਰ ਦਾ ਚੌਂਕ ਜਿਹੜਾ ਪੈਂਦਾ ਹੈਗਾ ਵਾ ਪ੍ਰਤਾਪ ਬਾਜ਼ਾਰ ਦਾ, ਉੱਧਰ ਥੋੜ੍ਹਾ ਇੱਧਰ ਆਓਗੇ ਨਾ ਪਾਣੀ ਦਾ ਦੇਖੋ ਲੱਗਿਆ ਹੋਇਆ ਇੱਥੇ ਆਹ ਲੱਗੀ ਪਾਣੀ ਦਾ ਇੱਥੇ ਰਾਣੀ ਕਹਿੰਦੇ ਲਾਈ ਹੋਈ ਹੈ ਇੱਕ ਟੂਟੀ ਵਗੈਰਾ ਅਤੇ ਨਾਲ ਹੈਗੀ ਆ ਹਰਭਜਨ ਜੀ ਦੀ ਦੁਕਾਨ ਇਹ ਆਹ ਦੇਖੋ ਹਰਭਜਨ ਜੀ ਨੇ ਰੱਖੜੀਆਂ ਰੱਖੀਆਂ ਹੋਈਆਂ ਨੇ ਧਾਗੇ ਦੇਖੋ ਆਹ ਦੇਖੋ ਸਾਰੇ ਧਾਗੇ ਦੇਖੋ ਰੱਖੜੀਆਂ ਦੇ ਹੋਲਸੇਲ ਨੇ ਇਹਨਾਂ ਕੋਲ ਆਹ ਦੇਖੋ ਆਹ ਸਾਰੇ ਧਾਗੇ ਨੇ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਕਿ ਹੋਲਸੇਲ ਮਾਲ ਇਹਨਾਂ ਕੋਲ ਜੇ ਰਿਟੇਲ ਵੀ ਤੁਸੀਂ ਲੈਣਾ ਚਾਹੋਗੇ ਤਾਂ ਵੀ ਤੁਹਾਨੂੰ ਮਿਲ ਜਾਣਗੇ ਇੱਥੇ ਆ ਜਾਓ ਮੀਨਾ ਬਾਜ਼ਾਰ ਦੇ ਵਿੱਚ ਅਤੇ ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਚੀਜ਼ ਮਿਲਦੀ ਉਹ ਕਿੰਨੀਆਂ ਰੱਖੜੀਆਂ ਰੱਖੀਆਂ ਹੋਈਆਂ ਇਹਨਾਂ ਨੇ ਇੱਥੋਂ ਤੁਹਾਨੂੰ ਬਰਥਡੇ ਦਾ ਸਮਾਨ ਵੀ ਹਰ ਤਰ੍ਹਾਂ ਦੇ ਯਾਨੀ ਕਿ ਜਿੰਨਾ ਵੀ ਹੁੰਦਾ ਹੈਗਾ ਆਪਣਾ ਸੀਜ਼ਨਲ ਜਿਹੜੀਆਂ ਆਈਟਮਾਂ ਹੁੰਦੀਆਂ ਨੇ ਮਿਲ ਜਾਂਦੀਆਂ ਹੈਗੀਆਂ ਨੇ ਬਰਥਡੇ ਦਾ ਸਮਾਨ ਤਾਂ ਜਦੋਂ ਮਰਜ਼ੀ ਆ ਕੇ ਲੈ ਜਾਓ ਜਿਹੜੀ ਤੁਹਾਨੂੰ ਦੁਕਾਨ ਘਰੋਂ ਮੁਹੱਲੇ 'ਚ ਤੁਹਾਨੂੰ ਮਿਲੂਗੀ 100 ਰੁਪਏ ਦੀ ਤੁਹਾਨੂੰ ਤਾਂ 30 ਰੁਪਏ ਦੀ ਮਿਲ ਜਾਣੀ ਹੈਗੀ ਆ ਬਹੁਤ ਫਰਕ ਹੁੰਦਾ ਹੈਗਾ ਵਾ ਆਹ ਦੇਖੋ ਰੱਖੜੀਆਂ ਜਿਹੜੀਆਂ ਹੈਗੀਆਂ ਨੇ ਆਹ ਦੇਖੋ ਧਾਗੇ ਜਿਹੜੇ ਹੈਗੇ ਆ ਇਹ ਤੁਹਾਨੂੰ ਅਸੀਂ ਰੇਟ ਵੀ ਇੱਕ ਵਾਰ ਦੇਖ ਲਓ ਤੁਸੀਂ ਦੇਖੋ ਕਮਾਨ ਲਈ ਲਿਜਾਂਦੇ ਨੇ ਗਲੀਆਂ ਮੁਹੱਲਿਆਂ ਵਾਲੇ ਪਰ ਤੁਹਾਨੂੰ ਅਸੀਂ ਰੇਟ ਅੱਜ ਦੱਸ ਦਿੰਦੇ ਹੈਗੇ ਤੁਹਾਡੇ ਪੈਰਾਂ ਥੋੜ੍ਹਾ ਜ਼ਮੀਨ ਨਿਕਲ ਜਾਣੀ ਹੈਗੀ ਆ ਅਤੇ ਆਹ ਥੋੜ੍ਹਾ ਹੋਰ ਦਿਖਾ ਦਈਏ ਮਾਲ ਅੰਦਰ ਆਹ ਦਿਖਾ ਦਈਏ ਆਹ ਦੇਖੋ ਆਹ ਡੱਬੀਆਂ ਦੇ ਵੀ ਧਾਗੇ ਜਿਹੜੇ ਪਏ ਆ ਆਹ ਦੇਖੋ ਇੱਧਰ ਆਹ ਦੇਖੋ ਆਹ ਦੇਖੋ ਤੇਰੀ ਵੀ ਨਜ਼ਰ ਨਹੀਂ ਜਾਂਦੀ ਬੰਟੀ ਸਮਾਨ ਤਾਂ ਦੇਖ ਕਿੰਨਾ ਪਿਆ ਵਾ ਹੈਂ ਆਹ ਦੇਖ ਆਹ ਰੱਖੜੀਆਂ ਦੇਖੋ ਇੱਧਰ ਨਹੀਂ ਰੱਖਣੀਆਂ ਆਹ ਵੀ ਰੱਖੜੀਆਂ ਨੇ ਯਾਰ ਇਹ ਵੀ ਬੱਚਿਆਂ ਵਾਲੀ ਬੱਚਿਆਂ ਵਾਲੀ ਰੱਖਣੀਆਂ ਆਹ ਲੋ ਵੀ ਅਸੀਂ ਵੈਸੇ ਚੱਲਦੇ ਚੱਲਦੇ ਤੁਹਾਨੂੰ ਵਿਖਾ ਰਹੇ ਹੈਗੇ ਹਾਂ ਕਿਉਂਕਿ ਸਾਡਾ ਨਾ ਮਨ ਕਹਿੰਦਾ ਵੀ ਯਾਰ ਦਿਖਾ ਦਿਓ ਯਾਰ ਲੋਕਾਂ ਨੂੰ ਪਤਾ ਲੱਗੂ ਕੁਛ ਨਾ ਕੁਛ ਸੋਹਣੀ ਕਰਕੇ ਦਿਖਾ ਦੇ ਯਾਰ ਆਹ ਦੇਖੋ ਇੱਥੇ ਹੋਲਸੇਲ ਮਾਲ ਹੈਗਾ ਵਾ ਜੇ ਤੁਸੀਂ ਗਲੀ ਮੁਹੱਲੇ ਥੋੜ੍ਹੀ ਦੁਕਾਨ ਲੈਣਾ ਛੋਟੀ ਮੋਟੀ ਇੱਥੋਂ ਲੈ ਜਾਓ ਵੈਸੇ ਤੁਹਾਨੂੰ ਪਤਾ ਹੋਊਗਾ ਤੁਹਾਨੂੰ ਰੇਟ ਵੀ ਪਤਾ ਲੱਗੀ ਹੋਲਸੇਲ ਕੀ ਚੰਗੀ ਤਰ੍ਹਾਂ ਦਿਖਾ ਦਿਓ ਉਸਤਾਦ ਦੇਖ ਲੈਣਗੇ ਰੱਖੜੀਆਂ ਜਿਹੜੀਆਂ ਹੈਗੀਆਂ ਨੇ ਕਿਹੜੇ ਕਿਹੜੇ ਡਿਜ਼ਾਇਨ ਪਏ ਨੇ ਇਹਨਾਂ ਕੋਲ ਆਪਾਂ ਜਦ ਬੁਖਾਰ ਨਹੀਂ ਲੱਗੇ ਹੈਗੇ ਆ ਕੰਪਲੀਮੈਂਟਰੀ ਫ੍ਰੀ ਖਾਤੇ 'ਚ ਦਿਖਾ ਦੇ ਚੰਗੀ ਤਰ੍ਹਾਂ ਆਪਾਂ ਕਿਹੜੇ ਲੈਣਾ ਦੇਣਾ ਤਾਂ ਹੈ ਨਹੀਂ ਵੈਸੇ ਦਿਖਾਉਣ ਲਈ ਆ ਗਏ ਵੜ ਗਏ ਦੁਕਾਨ 'ਚ ਆਹ ਸਾਰੇ ਖਿਡੌਣੇ ਵਾਲੀਆਂ ਰੱਖੜੀਆਂ ਵੀ ਹੈ ਆਹ ਦੇ ਕਿੱਡੀਆਂ ਕਿੱਡੀਆਂ ਖਿਡੌਣੇ ਵਾਲੀਆਂ ਰੱਖੜੀਆਂ ਬੱਚਿਆਂ ਦੀਆਂ ਦੇਖੋ ਹਰਭਜਨ ਜੀ ਦੇਖੋ ਆਪਣੇ ਆਪ ਜਾਣੀ ਕਿ ਡਿਊਟੀ ਪੂਰੀ ਦਿੰਦੇ ਨੇ ਦੇਖੋ ਸਾਰਾ ਮਾਲ ਜ਼ਮੀਨ 'ਤੇ ਬੈਠ ਕੇ ਕੰਮ ਕਰਦੇ ਨੇ ਇਹ ਦੇਖੋ ਆਹ ਦੇਖੋ ਰੱਖੜੀਆਂ ਲੈ ਲਈ ਦੇਖੋ ਬੱਚੇ ਵੀ ਆਏ ਨੇ ਇੱਕ ਹਰਭਜਨ ਜੀ ਕਹਿੰਦੇ ਤੁਹਾਨੂੰ ਸਸਤੀਆਂ ਦੇਵਾਂਗੇ ਅਸੀਂ ਦੇਖੋ ਕਿੰਨੀਆਂ ਕੁ ਸਸਤੀਆਂ ਦਿੰਦੇ ਨੇ ਇਹ ਹਾਂ ਪਹਿਲਾਂ ਵੀ ਸਵੇਰੇ ਲੈ ਕੇ ਅੱਛਾ ਲੈ ਕੇ ਗਏ ਸੀ ਤੁਹਾਨੂੰ ਸਸਤੀਆਂ ਲੱਗੀਆਂ ਤਾਂ ਹੀ ਦੁਬਾਰਾ ਆ ਗਿਆ ਨਾ ਹੁਣ ਫਾਇਦਾ ਹੋ ਜਾਣਾ ਬਾਜੇ 'ਚ ਹਾਂ ਸਕੂਟਰ 'ਤੇ ਤੁਸੀਂ ਆਰਾਮ ਨਾਲ ਆ ਸਕਦੇ ਬਾਜ਼ਾਰ ਦੇ ਵਿੱਚ ਕਿੰਨੇ ਕਿੰਨੇ ਦਾ ਹਰਭਜਨ ਜੀ ਧਾਗਾ ਇਹ 180 ਰੁਪਏ ਦਰਜਨ 'ਚ ਕਿੰਨੇ ਦਾ ਪੈ ਗਿਆ ਭਾਅ ਜੀ ਇਹ ਆਹ 15 ਰੁਪਏ ਦਾ ਸਟੋਨ ਲੱਗੇ ਦੇਖੋ ਹਾਂ ਇਹ ਹੈਗਾ ਵਾ ਇਹ 6 ਆ ਜੀ 25 ਰੁਪਏ ਦਾ ਇੱਕ ਹੋ ਗਿਆ 25 ਰੁਪਏ ਦਾ ਦੱਸ ਰਹੇ ਹੋ ਜੀ 15 ਰੁਪਏ ਪੀਸ ਆ ਜੀ ਤੁਹਾਡਾ ਆਰਾਮ ਨਾਲ 50 ਰੁਪਏ ਦਾ ਵਿਕ ਜਾਣਾ 35 ਦਾ ਵੀ ਤੂੰ ਕਹਿ ਸਕਦੇ ਹੈਗੇ ਉਹ ਦੇਖੋ ਹਾਂ ਲਓ ਜੀ ਇਹ ਹੈਗਾ ਵਾ 15 ਰੁਪਏ ਦਾ ਪੀਸ ਆਹ ਆਹ ਸਾਰੇ 15-15 ਵਾਲੇ ਹੀ ਨੇ ਕਾਕੇ ਤੁਹਾਡੇ ਤੂੰ ਵੀ ਰੇਟ ਆ 25 ਦਾ ਇੱਕ ਆਹ 25 ਰੁਪਏ ਦਾ ਜੀ ਦੇਖੋ ਇਹ ਸਟੋਨ ਲੱਗਿਆ ਨਾ ਇਸ 'ਤੇ ਡਾਇਮੰਡ ਲੱਗੇ ਹੋਏ ਨੇ ਹਾਂ ਅਤੇ ਆਹ ਵੀ ਦੇਖੋ ਆਹ ਦੇਖੋ ਹੋਰ ਦੇਖ ਲਓ ਉਸਤਾਦ ਜੀ ਆਹ 216 ਰੁਪਏ ਦਾ 216 ਦਾ 216 ਦਾ ਯਾਨੀ ਕਿ ਸਾਰੇ ਨੇ 1, 2, 3, 4, 5, 6 216 ਰੁਪਏ ਦਰਜਨ ਆ ਇਹ 12 ਪੀਸ ਆ ਇਹ ਅਤੇ ਇਹ ਫਿਰ ਕਿੰਨੇ ਦਾ ਪੈ ਗਿਆ ਜੀ ਇੱਕ
18 ਰੁਪਏ ਦਾ ਪੈ ਗਿਆ, ਇਹ ਤੁਹਾਡਾ 50 ਰੁਪਏ ਦਾ 40 ਰੁਪਏ ਦਾ ਆਰਾਮ ਨਾਲ ਵਿਕ ਸਕਦਾ ਵਾ। ਆਹ ਦੇਖੋ ਅਤੇ ਆਹ ਲਓ ਭਾਜੀ, ਆਪਾਂ ਵੀ ਇੱਥੋਂ ਲੈ ਜਾਣੇ ਹੈਗੇ ਆ ਅਤੇ ਪਹਿਲਾਂ ਲੈ ਕੇ ਜਾਵਾਂ, 2-4 ਦਿਨ ਪਹਿਲੇ ਲੈ ਕੇ ਜਾਵਾਂਗੇ ਰੱਖੜੀ ਤੋਂ, ਆਪਾਂ ਜਿਹੜਾ ਵੇਚਣੇ ਆਪਣੇ ਘਰ ਨਹੀਂ ਲੈ ਕੇ ਜਾਣੇ ਹੈਗੇ। ਅਤੇ ਆਹ ਦੱਸੋ ਜਰਾ ਤੁਸੀਂ, 240 ਰੁਪਏ ਦਰਜਨ ਹੈਗੇ। ਅੱਛਾ, ਇੱਕ ਉਹ 10-10 ਰੁਪਏ ਵਾਲੇ ਜਿਹੜੇ ਹੁੰਦੇ ਹੈਗੇ, ਹੋਰ ਚੀਜ਼ਾਂ ਜਿਹੜੇ ਪਿੱਛੇ ਤੁਹਾਡੇ ਪਏ ਆ, ਦੇਖੋ ਆਹ ਵੀ ਦਿਖਾਓ, ਆਹ ਕਿੰਨੇ ਰੁਪਏ ਦਾ? 10 ਰੁਪਏ ਦਾ ਇੱਕ ਆ ਜੀ ਇਹ। ਹਾਂ, ਹੋਰ ਦਿਖਾਓ ਸਸਤੀ ਜਿਹੜੀ ਹੈ ਸਾਡੇ ਮੁਹੱਲੇ ਵਾਲੀ ਚੀਜ਼ ਹੋਵੇ। ਆਹ 2.5 ਰੁਪਏ ਦਾ ਇੱਕ ਆ ਜੀ ਇਹ ਧਾਗਾ, ਆਹ 5 ਰੁਪਏ ਵਾਲਾ ਜੀ, ਆਹ 5 ਵਾਲਾ, 2.5 ਵਾਲਾ, ਇਹ 10 ਰੁਪਏ ਦਾ ਵਿਕੇ ਨਾ, ਇਹ 3 ਰੁਪਏ ਦਾ ਜੀ। ਇਹ 4 ਰੁਪਏ ਦਾ ਪੀਸ ਆ ਜੀ ਇਹ, ਆਹ ਦੇਖੋ 4 ਰੁਪਏ ਦਾ ਇੱਕ ਆ ਇਹ। ਅੱਛਾ, ਜਿਹੜੇ ਗੁਬਾਹ ਟੰਗੇ ਹੋਏ ਹੈਗੇ ਆ ਲੜੀਆਂ ਜੀਆਂ, ਕਿੱਥੇ ਆ ਮੁੰਡਾ ਗਿਆ, ਆਹ ਦਿਖਾ ਦਿਓ ਯਾਰ, ਆਹ ਟੰਗੇ ਹੋਈਆਂ, ਆਹ ਦਿਖਾਓ ਜੀ, ਆਹ ਕਿੰਨੇ ਕਿੰਨੇ ਜੀ? ਆ 3 ਰੁਪਏ ਪੀਸ, 4 ਰੁਪਏ ਪੀਸ ਆ ਜੀ, ਆਹ ਜਿਹੜੇ ਦਿਖਾਇਆ ਬੰਟੀ ਨੇ ਹੁਣੇ, ਆਹ ਯਾਰ ਇੱਥੇ ਪਏ ਬੰਟੀ, ਆਹ ਦੇਖ, ਆਹ ਪਿੱਛੇ ਤੇਰੇ ਪਏ, ਆਹ ਦੇਖ, ਆਹ ਦੇਖ, ਇਹ ਚੱਕਦਾ ਇੱਥੇ ਪੈਂਦਾ ਹੱਥ, ਇਹ ਦਿਖਾ 1 ਰੁਪਏ ਪੀਸ ਵਾਲੇ ਦਿਖਾ ਦੇ, ਉਹੀ ਤਾਂ ਮੈਂ 5-5 ਰੁਪਏ ਲਿਆ ਸੀ ਪਿਛਲੀ ਵਾਰ, ਆਹ ਲਓ ਜੀ, ਓਏ ਹੋਏ ਹੋਏ, 1 ਰੁਪਏ ਪੀਸ ਆ ਜੀ ਇਹ, 1 ਰੁਪਏ ਦਾ ਇੱਕ ਧਾਗਾ ਭਾਜੀ, ਬਾਈ ਰੇਟ ਸਹੀ, ਹੋਲਸੇਲ ਦੱਸਿਓ ਤੁਹਾਨੂੰ, ਹਾਂ ਕਿਸੇ ਆ ਨਾ ਬਾਕੀ ਕਹਿਣਾ ਜੀ ਵੀ ਤੂੰ ਜਿਹੜੀ ਦੁਕਾਨ 'ਤੇ ਲੈ ਕੇ ਗਿਆ ਸੀ ਉੱਥੇ ਹੋਲਸੇਲ ਹੀ ਸੀ, ਆ ਜੀ ਆਹ ਦੇਖੋ ਫੋਟੋ ਬਣਾ ਦੇ ਮੇਰੀ, ਵਾਹ ਵਾਹ ਵਾਹ, ਭਈਆ ਮੋਰੇ ਰਾਖੀ ਕੇ ਬੰਧਨ ਕੋ ਨਿਭਾਨਾ, ਦੇਖੋ ਭਈਆ ਹੈਂ, ਲਓ ਜੀ ਆਹ ਸਾਰਾ ਸਮਾਨ ਲੈ ਵੀ ਤੁਹਾਨੂੰ ਵਿਖਾ ਤਾ ਯਾਰ ਰੇਟ, ਹੁਣ ਦੁਕਾਨਦਾਰੀ ਕਹਿਣਗੇ ਯਾਰ ਸਾਡਾ ਬੰਦਾ ਪਾਈ ਜਾਣ ਡਿਆ, ਬੰਦਾ ਜਿੱਥੇ ਜਾਂਦਾ ਉਹ ਕੁਛ ਨਾ ਕੁਛ ਦਿਖਾਈ ਜਾਂਦਾ ਵਾ। ਉਹ ਯਾਰ ਇਹ ਮੀਨਾ ਬਾਜ਼ਾਰ 'ਚ ਦੁਕਾਨ ਦਿਖਾਈ ਤੁਹਾਨੂੰ, ਇਹ ਤੁਹਾਡੇ ਭੈਣਾਂ ਜ਼ਿਆਦਾ ਨੇ, ਭਰਾ ਭਰੂਕਾ ਵਾ, ਮਹੱਲਾ ਤੁਹਾਡਾ ਹੈਗਾ ਵਾ, ਅਤੇ ਲੈ ਜਾਓ ਇੱਥੋਂ, ਹੈ ਹੋਰ ਕੀ, ਕਈ ਵਾਰ ਨਾ ਪ੍ਰੋਗਰਾਮ ਵਗੈਰਾ ਹੁੰਦਾ ਉੱਥੇ ਵੀ ਰੱਖੜੀਆਂ ਬੰਨੀਆਂ ਹੁੰਦੀਆਂ ਨੇ। ਹਾਂ ਚਲੋ ਕੋਈ ਗੱਲ ਨਹੀਂ ਹੈਗੀ, ਆਪਾਂ ਜਿੱਥੇ ਆਏ ਸੀ ਦਿਖਾ ਤਾ ਹਰਭਜਨ ਜੀ ਵੀ ਤੁਸੀਂ ਮਾਲ ਜਿਹੜਾ ਹੈਗਾ ਵਾ ਇਸ ਟਾਈਮ ਤਾਂ ਲਾਈਆਂ ਰੱਖੜੀਆਂ, ਪਤੰਗ ਵੀ ਲੱਗਦੇ ਨੇ, ਰੰਗ ਵੀ ਲੱਗਦੇ ਆ, ਸਾਰਾ ਕੁਛ ਲਾਉਂਦੇ ਆ, ਇਹ ਸੀਜ਼ਨਲ ਦੁਕਾਨ ਆ, ਯਾਨੀ ਕਿ ਕਹਿਣ ਦਾ ਮਤਲਬ ਹੋਲਸੇਲ ਦੇ ਵਿੱਚ ਜਿੰਨਾ ਮਰਜ਼ੀ ਮਾਲ ਲੈ ਜਾਓ, ਆਹ ਦੇਖੋ ਬੈਨੀਫਿਟ ਹੋਊਗਾ ਜਾਂ 1000 ਰੁਪਏ ਦਾ, 2000 ਦਾ, 20000 ਦਾ, ਜਿੰਨਾ ਮਰਜ਼ੀ ਮਾਲ ਲੈ ਜਾਵੇ, ਜਿੰਨਾ ਮਰਜ਼ੀ ਲੈ ਜਾਓ ਯਾਰ ਆ ਕੇ ਤੁਸੀਂ, ਜੇ 10-20-50 ਦਾ ਲੈਣਾ ਤਾਂ ਵੀ ਮਿਲ ਜਾਊਗਾ ਤੁਹਾਨੂੰ, ਤੁਸੀਂ ਆਉਣ ਵਾਲੇ ਬਣੋ ਬਾਜ਼ਾਰ 'ਚ ਚੱਕਰ ਲਾਓ ਆ ਕੇ, ਹੈ ਚਲੀਏ ਮੰਡੀ ਕਿਸੇ ਹੋਰ ਪਾਸੇ।